रीतो तां बहुत गलत गल है तेरे वास्ते, इन्ना टाइम ला के आई तू, तेनू मसा नहीं आया कि मैं टाइम नाल पहुंचा? की सोचते होणगे भूआ फुफड़ाटे बारे? नहीं तुहानूं की लगता कि मेरे दिमाग च ये गल आई नहीं है कि घर भूआ फुफड़ाया? मैं की करदी हुण, काम ही पै गया सी, नहीं सी निकलिया गया। नहीं एडा भी केड़ा तेनू काम पै गया ही, जेड़ा काम तू स्कूटरी दा करवाउणा ही ओह सारा एक घंटा लगना ही, तू तां सारी दिहाड़ी लगा के आ गई आ उत्थे। बाकी तुहानूं वी पता जदों घरों जाईदा ना एक अद्धा काम सोच के जाईदा, उत्थे जाके कई काम निकल आउंदे, फिर बंदा की करे, टाइम तां फिर लगना ही लगना ना। नहीं एडा भी किड्डा जरूरी ही पार्लर दे जाना, गाड़ी को ब्याह रखा वा कि जेड़ा तू पार्लर दे चल गई? बाकी मैं तेनू जो सच्ची गल की ना तो तेनू लगनिया मिर्चा साडे दोवां तो सवा, हुण इस घर दे विच कोई होर सुन तो नहीं ना डिया। सच्ची गल तो यह कि तू चाहुंदी नहीं भूआ फुफड़ इधर आउण, क्योंकि तेनू रोटी पानी तैयार करना पैना ही उन्हां दा। इदां क्यों सोचदे जे अपने कोला गल्लां बनाई जांदे ने? मेरे दिमाग च इदां दी कोई भी गल नहीं सी हैगी। मैं कोलों नहीं गल्लां बनाउण डिया, जेड़ी गल सच है ना मैं ओह कहण डिया। मैं तां तेरा उदन ही मुंह पड़ लिया ही, तेनू तो दंदल पै गई भी उन्होंने 2 बजे आना तो मैनू रोटी बनानी पैनी आ, तू तां ही करके इन्ना टाइम ला के आई उत्थे, तो रहिंदा हुंदा तो घर दीआं चाबीआं नाल लै गई। मैनू भूआ फुफड़ दे सामने बैठा पता किन्नी शर्म आउंदी ही उत्थे, धरती वेल नहीं देण दी। अगले की सोचदे होणगे कि रोटी पानी वास्ते फोन ही इन्हां नूं कीता ते खाणी इधरों पैण दी आ, इह तां सारा टब्बर घरों ही निकल गए। विक्की एवें ना इन्नी गल चुकी जाओ, एवें लड़ाई पाई जांदे आ, जे उन्होंने इधरों नहीं रोटी खाधी ते उधरों खाली ते केड़ी आखर आ गई, परौणे ते सांझे सी ना। प्रीत तू मैनू सफाइयां ना दे, इह पहली वार दा तां तेरा काम है नहीं आ, जदों भी कोई सांझा परौणा आ जांदा आ तू तो उधर नूं धक्क दिंदी आ उन्हां नूं कि रोटी पानी उधरों ही खाण, तेरा कोई अपना आ जाए फिर वेखण वाला हुंदा तेरे वल, ना तेनूं उदों गर्मी लगदी आ ना तेनूं उदों कोई काम पैंदा आ, ऐ भंभीरियां कोई घुमदी नहीं। जिन्ना मर्जी किसे नाल कर लो मगर परौणे वज्जणे ते छित्तर ही हुंदे आ, ਹੋਰ ਤੇ ਗੱਲਾਂ ਦੀ ਗੱਲਾਂ ਬਾਅਦ ਵਿੱਚ ਤੇ ਗੱਲਾਂ ਕਰਨੀਆਂ ਹੀ ਕਰਨੀਆਂ, ਤੁਸੀਂ ਤੇ ਘਰ ਦੇ ਜੀ ਨਹੀਂ ਛੱਡਣ ਦੇ। ਤੇ ਨਾ ਦਿਆ ਕਰ ਮੌਕਾ, ਜਦੋਂ ਕਿਸੇ ਨੇ ਤੁਰ ਲੱਗਿਆ ਫੋਨ ਕੀਤਾ ਹੋਵੇ ਨਾ ਅਗਲੇ ਨੇ ਜ਼ਿੰਮੇਵਾਰੀ ਦਿੱਤੀ ਹੁੰਦੀ ਆ ਤੇ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਆ। ਮੈਨੂੰ ਵੀ ਪਤਾ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ, ਪਰ ਹੁਣ ਜਦੋਂ ਕੰਮ ਹੀ ਵਿੱਚ ਪੈ ਜਾਂਦੇ ਫੇਰ ਬੰਦਾ ਕੀ ਕਰੇ, ਹੁਣ ਮਰ ਜੇ। ਇੱਕ ਤਾਂ ਕੰਮ ਹੁੰਦਾ ਨਾ ਕੰਮ ਪੈ ਗਿਆ, ਇੱਕ ਹੁੰਦਾ ਜਾਣ ਬੁੱਝ ਕੇ ਕੰਮ ਪਾਉਣਾ। ਠੀਕ ਆ ਮੈਂ ਗਲਤ ਆ ਨਾ, ਠੀਕ ਆ ਮੈਂ ਗਲਤੀ ਸਹੀ ਮਗਰ ਤੇਰੀ ਹਾਂ ਗੱਲ ਕਹਿ ਕੇ ਤਾਂ ਸਾਰ ਦੇਣਾ ਹੁੰਦਾ। ਦੁਨੀਆਂ ਦਾ ਤੇ ਅੱਜ ਕੱਲ ਕੋਈ ਦੀਨ ਧਰਮ ਨਹੀਂ ਹੈਗਾ। ਕੀ ਗੱਲ ਹੋਈ ਮੰਮੀ? ਵੇ ਗੱਲ ਕੀ ਹੋਣੀ ਆ, ਆ ਭੂਆ ਹੀ ਆ ਜਿਹੜੀ ਤੇਰੀ ਸੁੱਕੀਆਂ ਭਿੰਡੀਆਂ ਤੇ ਦਾਲ ਖਾ ਕੇ ਤੇ ਕਿਤੇ ਉਹਦੀਆਂ ਸਿਫਤਾਂ ਕਰਨ ਰਹੀ ਆ, ਜਿੱਦਾਂ ਕਿ ਸ਼ਾਹੀ ਪਨੀਰ ਖਾ ਕੇ ਗਈ ਹੁੰਦੀ ਆ। ਮੰਮੀ ਸ਼ੁਕਰ ਕਰੋ ਕਿਸੇ ਨੇ ਸੁੱਕੀਆਂ ਭਿੰਡੀਆਂ ਤੇ ਦਾਲ ਖਵਾ ਦਿੱਤੀ, ਨਹੀਂ ਤੇ ਇੱਥੇ ਤੇ ਏਦਾਂ ਦੇ ਲੋਕ ਵੀ ਹੈਗੇ ਆ ਜਿਹੜੇ ਘਰ ਛੱਡ ਕੇ ਚਲ ਜਾਂਦੇ ਆ। ਲਾ ਲਾ ਕੇ ਕਿਉਂ ਗੱਲਾਂ ਕਰਦੇ ਜੇ, ਸਿੱਧੀ ਗੱਲ ਕਰੋ ਜਿਹੜੀ ਕਰਨੀ ਆ। ਲਾ ਲਾ ਕੇ ਗੱਲਾਂ ਨੀ ਕਰਨ ਡਿਆ, ਸੱਚ ਹੀ ਬੋਲਣ ਡਿਆ, ਨਾਲੇ ਮੈਂ ਤੇਰੇ ਕੋਲ ਡਰਦਾ ਨੀ ਜਿਹੜਾ ਤੈਨੂੰ ਲਾ ਲਾ ਕੇ ਗੱਲਾਂ ਕਰੂੰਗਾ। ਹਾਂ ਤੁਸੀਂ ਕਦੋਂ ਲੜਾਈ ਪਾ ਕੇ ਬਹਿ ਗਏ ਆਪਣੇ ਘਰ, ਉਹ ਤਾਂ ਸਾਡੇ ਘਰ ਤੱਕ ਵੀ ਨਹੀਂ ਆਏ। ਤੇ ਮੰਮੀ ਆਉਂਦੇ ਵੀ ਕਿਹੜੀ ਗੱਲੋਂ, ਜਦੋਂ ਸਾਰਾ ਕਸੂਰ ਹੀ ਇਹਦਾ ਵਾ, ਤਾਲਾ ਮਾਰ ਕੇ ਚਲ ਗਈ ਉੱਤੋਂ ਇੰਨੀ ਲੇਟ ਆਈ ਆਏ, ਉਹਨਾਂ ਦੇ ਘਰ ਆਉਣਾ ਸੀ ਇੱਧਰ, ਅਗਲੇ ਸੁਨਾਹ ਦਿੱਤਾ ਸੀ ਰੋਟੀ ਪਾਣੀ ਤਿਆਰ ਕਰ ਲਿਓ। ਤੇ ਮੰਮੀ ਹੁਣ ਕੰਮ ਵੀ ਤੇ ਪੈ ਜਾਂਦੇ ਆ, ਮੈਂ ਕੰਮ ਜਾ ਕੇ ਤੇ ਮੇਰੇ ਨਾਲ ਇਸੇ ਗੱਲੋਂ ਲੜਾਈ ਕਰੀ ਜਾਂਦੇ ਆ ਕਿ ਤੂੰ ਕੰਮ ਕਿਉਂ ਗਈ ਆ। ਬਹੁਤ ਤੈਨੂੰ ਕੰਮ ਪੈ ਜਾਂਦੇ ਆ, ਏਦਾਂ ਤੈਨੂੰ ਕੰਮ ਪੈਂਦੇ ਰਹੇ ਨਾ, ਜਾ ਇੱਕ ਦਿਨ ਨੂੰ ਮੈਂ ਤੈਨੂੰ ਇੱਥੇ ਸ਼ਰਤ ਰੱਖ ਕੇ ਗੱਲ ਕਹਿ ਦਿੰਦਾ ਇਹ ਵਾਲੀ, ਇੱਥੇ ਕਿਸੇ ਰਿਸ਼ਤੇਦਾਰ ਨੇ ਨਹੀਂ ਵੜਿਆ ਕਰਨਾ ਸਾਡੇ ਘਰ। ਜਿਹਨੇ ਨਹੀਂ ਆਉਣਾ ਉਹ ਨਾ ਆਵੜੇ, ਮੈਨੂੰ ਕਿਹਦੀ ਕੋਈ ਫਿਕਰ ਨਹੀਂ। ਆਹੋ ਤੈਨੂੰ ਕਿਹੜੀ ਗੱਲੋਂ ਫਿਕਰ ਹੋਣੀ ਆ, ਤੇਰੇ ਆਪਣੇ ਆਉਣੇ ਚਾਹੀਦੇ ਆ, ਬਾਕੀ ਕੋਈ ਆਵੇ ਜਾਂ ਨਾ ਆਵੇ। ਵੇ ਚੁੱਪ ਕਰੋ, ਤੁਸੀਂ ਕੋਈ ਕੁਕੜਾ ਕੋਈ ਲਾਤੀ ਆ, ਇੰਨੀ ਤਾਂ ਕੋਈ ਵੱਡੀ ਗੱਲ ਹੋਈ ਨੀਗੀ। ਮੰਮੀ ਤੁਹਾਡੀਆਂ ਇਸ ਘਰ ਦੇ ਵਿੱਚ 2 ਨੂੰਹ ਆ, ਤੇ ਤੁਸੀਂ ਦੋਵਾਂ ਨੂੰ ਬਰਾਬਰ ਰੱਖਿਆ ਕਰੋ, ਤੁਸੀਂ ਚੰਗੇ ਨਹੀਂ ਲੱਗਦੇ ਵਿਤਕਰਾ ਕਰਦੇ ਘਰ ਦੇ ਵਿੱਚ ਇਦਾਂ ਸਿਆਣੇ ਬਿਆਣੇ ਜੇ। ਮੰਮੀ ਆ ਇਹਨਾਂ ਲਈ ਚੰਗੀ ਗੱਲ, ਜਦੋਂ ਘਰਦਿਆਂ ਨੇ ਗੱਲਾਂ ਕਰਨੀਆਂ ਬਾਹਰਲਿਆਂ ਨੂੰ ਫਿਰ ਮੌਕਾ ਮਿਲਣਾ ਹੀ ਆ ਨਾ ਗੱਲਾਂ ਕਰਨ ਦਾ। ਨਹੀਂ ਤੂੰ ਕੋਈ ਫਿਕਰ ਕਰਦੀ ਆ, ਮੈਂ ਤੇ ਤੇਰੇ ਨਾਲ ਹੀ ਆਣਾ ਤੇ ਨਾਲੇ ਤੂੰ ਕਿਸੇ ਦੀ ਪਰਵਾਹ ਨਾ ਕਰਿਆ ਕਰ। ਪ੍ਰੀਤ ਮੈਂ ਨਾਲਾ, ਮੈਨੂੰ ਬਹੁਤ ਗਰਮੀ ਲੱਗਣ ਡਈ ਆ ਤੇ ਤੂੰ ਘੜੀ ਆਰਾਮ ਕਰ ਲਾ। ਜਿੰਦੀ ਵਸਦੀ ਰਹੇ ਮੇਰੀ ਸੱਸ ਜਿਹੜੀ ਮੈਨੂੰ ਇੰਨਾ ਪਿਆਰ ਕਰਦੀ ਆ, ਨਹੀਂ ਤੇ ਸੱਸਾਂ ਮੁੰਡਿਆਂ ਨੂੰ ਪਿਆਰ ਕਰਦੀਆਂ ਤੇ ਨੂੰਹਾਂ ਨਾਲ ਲੜਾਈਆਂ ਕਰਦੀਆਂ, ਪਰ ਮੇਰੀ ਸੱਸ ਤੇ ਇਹਦੇ ਉਲਟਾ ਮੈਨੂੰ ਪਿਆਰ ਕਰਦੀ ਆ, ਮੁੰਡੇ ਨਾਲ ਲੜਾਈ ਕਰਦੀ ਆ। ਚੱਲ ਚੰਗਾ ਪ੍ਰੀਤ ਮੈਂ ਚੱਲੇ। ਚਲੋ ਠੀਕ ਆ।
दूसरा मैं अपने दोस्त नूं मिलना है। हां जी मम्मी जी, इन्हां ने अपने कई दोस्त नूं मिलना है। कामी कल पुछिया भी फोन करके कहिंदे आ जाओ, ते अज फिर उन्हां नूं किते जरूरी काम पै गया ते ओह गए आ। मैं कहा बहना बड़ा पैना वा, उत्थे भी ते इन्ने चिर बहना ही आ, घरे चलदे आ, नाले तुहानूं सारयां नूं मिल के लवांगे। चल वधिया कीता आ, अपना घर आ, कोई डर थोड़ा घर आउण दा। चलो तुसीं सारे जणे ना लम्मे पवो, गर्मी बहुत ज्यादा आ। हाँ लम्मे तो पै ही जाने, एदा करो घंटा तो होने वाला होना वा, तुम एक बार फोन करके पुछ लो उन्होंने कदों तक आने। चल ठीक है, मैं ला के पुछदा वा कितना टाइम लगू। हाँ भाई तलवीर, वो कितना टाइम लगूगा, और घंटा तो तेरा हो गया, चार बजन गए, पांच भी बज सकते हैं। चल ठीक है यार, फिर कल दा रखिए काम। ठीक ठीक है यार, वो तो कह दिया वा चार पांच बज जाने हैं, हुण तू दस कि करना वा, चलिए जा फिर किसी दिन का प्रोग्राम बनाइए। नहीं नहीं महा घरों निकले हैं, रोज रोज नहीं निकलिया जाता, हुण मिल के जावांगे। कोई नहीं पांच भी बज गए तो नाले ठंडा हो जूगा, बार बार घरों निकलना सौखा नहीं है। चल आ भी गल ठीक है, अज की दिहाड़ी भजी अपनी, रोज रोज थोड़ी निकलिया जाता वा। चलो फिर पो तुम लम्बे कहीं नौ सस उधर लम्बे पै जाने हैं, कर लो आराम तुम। मामा जी भुख बड़ी लगी आ। हाँ यार भुख तो मैनू भी लगी है, चल बह तू मैं वेख के आना वा, कोई प्रोग्राम है। हाँ।
उठ यार, मैं भुख लगी है, मुंडे नूं भुख लगी है, इत्थे ते किसे नूं पता ही नहीं है, सारे घोड़े रेस के सो रहे। चलो गुस्सा कातों कर दे हो, आपा दस के भी नहीं ना आए, तुम बैठो आराम ना, मैं जाके कहनी हूं प्रीत नूं कि रोटी बनावे। ओ बह जा बह जा, चुप करके कह के रोटी बनवाई ते की बनवाई, जदों इन्हां नूं दस्सिया असीं 5 बजे तक इत्थे आ, ते इन्हां दा फर्ज नहीं बनता रोटी बनाउण दा। ओहो इहदे च इन्ना गुस्सा करन वाली कीहड़ी गल आ, तुम बैठो आराम नाल, मैं कहनी हूं। मैं तेनूं कहता ना भी नहीं कहना, कोई गल नहीं भुखे चल जांगे। गुस्सा ना करो तो मैं एक गल कहां। दस। चलो आप इदा करिए कवर कब जाने हैं। गल ते तू फिर गुस्से वाली कर दी है, जदों तेनू चंगा भला पता है कि मैं उस बंदे दे मत्थे नहीं लगना चाहुंदा, ते तू फिर बार बार मैनू ओही गल कहनी है, ओ भी ते इदां दा ही होना। चलो मान लैनी हां कि इदां दा ही होऊगा, पर कम से कम परख ते लईए, कल नूं कहण वाले ते ना मान गए कि तुसीं भुखे गए साडे घरे आ जांदे, साडे वल क्यों ना आए। गल तां तेरी सही है, पर यार उस दिन मैं काफी बुरा भला बोल के गया कवर नूं। ताइयों ते कहण दई हां कि सारे शक निकल जाणगे, आपां चलिए ते सही। चल वेख ला, मर्जी है तेरी। संदीप हां जी लै आ फिर रोटी, यार भुख लगी आ। चल आनी आ। कवन पाजी हुणी आउंदे इधर। पाजी वड्डे पाजी? आहो सारे जण किथे? ਹਵੇ ਬਸ ਆ ਗਏ, ਮੈਂ ਹੁਣੇ ਵੇਖੇ ਤੇ ਫਿਰ ਰੋਟੀ ਲੈ ਜਾ, ਉਹਨਾਂ ਨੂੰ ਮਿਲ ਮੁਲ ਲਈਏ ਫਿਰ ਬਾਅਦ ਚ ਖਾਣੇ ਆ। ਆ ਰੱਖ ਦੇ ਬੇਟਾ ਤੁਹਾਡੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੀ ਹਾਲ ਜੇ ਭਾਈ? ਸਤਿ ਸ਼੍ਰੀ ਅਕਾਲ। ਕਿਦਾਂ ਬਈ? ਆਓ ਬੈਠੋ, ਤਾਂ ਪਾਣੀ ਲਿਆ ਸੰਦੀਪ। ਸਬਜ਼ੀ ਤੇ ਆਲੂਆਂ ਦੀ ਆ ਕੱਲੀ? ਫਿਰ ਕੀ ਕੋਈ ਗੱਲ ਨਹੀਂ, ਆਲੂਆਂ ਦੀ ਤੇ ਭੁੱਖ ਲੱਗੀ ਆ। ਹਾਏ ਨਹੀਂ, ਮੈਂ ਸਵਾਰ ਕੇ ਰੋਟੀ ਬਣਾਉਣੀ ਆ। ਨਹੀਂ ਨਹੀਂ, ਟਾਈਮ ਬੜਾ ਹੋ ਗਿਆ, ਇਹਨਾਂ ਨੇ ਨਾ ਕਿਸੇ ਨੂੰ ਮਿਲਣਾ ਵਾ ਤੇ ਜਾਣਾ ਵੀ ਆ, ਜੋ ਵੀ ਬਣਿਆ ਦੇ ਦੇ ਬਸ। ਫਿਰ ਕੱਲੀ ਆਲੂਆਂ ਸਬਜ਼ੀ ਨਾ ਬਣਾਉਣੀ? ਕੋਈ ਗੱਲ ਨਹੀਂ, ਚੱਲੂਗੀ ਆਲੂਆਂ ਦੀ ਸਬਜ਼ੀ। ਪਰ ਨਾ ਕੀ ਆਖੂਗਾ? ਕੋਈ ਨਹੀਂ, ਕੁਛ ਨਹੀਂ ਆਉਂਦੇ, ਅਸੀਂ ਕਿਹੜਾ ਦੱਸ ਕੇ ਆਏ ਆ, ਅਚਾਨਕ ਆਏ ਆ। ਵੇਖ ਲਓ। ਨਹੀਂ ਕੋਈ ਨਹੀਂ, ਮੈਂ ਨਹੀਂ ਹੋਣੀ, ਮੈਂ ਸਬਜ਼ੀ ਪਿੰਟੋ ਮਿੰਟੀ ਆ, ਦਾਲ ਸਬਜ਼ੀ ਵਧੀਆ ਬਣਾ ਕੇ। ਮੈਨੂੰ ਪਤਾ ਤੂੰ ਬਣਾ ਲੈਣੀ ਆ, ਪਰ ਬਹੁਤ ਟਾਈਮ ਲੱਗ ਜਾਣਾ। ਚਲ ਠੀਕ ਆ। ਗੱਲ ਸੁਣੋ ਮੇਰੀ। ਹਾਂ ਦੱਸ। ਪਰਾਹੁਣਿਆਂ ਨੂੰ ਤਾਂ ਲੱਗੀ ਆ ਭੁੱਖ, ਉਹ ਤਾਂ ਦੀਦੀ ਆਖਣ ਡੇ ਮੈਨੂੰ ਵੀ ਰੋਟੀ ਖਾਣੀ ਆ ਅਤੇ ਸਬਜ਼ੀ ਆ ਥੋੜ੍ਹੀ, ਅਤੇ ਉਹ ਕਹਿੰਦੇ ਜੋ ਬਣਿਆ ਵਾ ਉਹੀਓ ਦੇ ਦਿਉ, ਅਤੇ ਇੱਦਾਂ ਕਰੋ ਤੁਸੀਂ ਹਾਲੇ ਰੁਕ ਜਾਓ, ਪਹਿਲਾਂ ਇਹਨਾਂ ਦਾ ਸਾਰ ਲਈਏ, ਮਗਰੋਂ ਤੁਸੀਂ ਆਪਾਂ ਰੋਟੀ ਖਾ ਲਾਂਗੇ। ਠੀਕ ਆ, ਚਲ ਅਸੀਂ ਬਾਅਦ 'ਚ ਵੀ ਖਾ ਲਾਂਗੇ, ਤਾਂ ਤੂੰ ਉਹਨਾਂ ਨੂੰ ਕਹਿ ਦੇਗੀ, ਕੋਈ ਗੱਲ ਨਹੀਂ ਬਣਾ ਲੈਂਦੇ। ਮੈਂ ਸਾਰੀ ਗੱਲ ਕੀਤੀ ਆ, ਉਹ ਕਹਿੰਦੇ ਵੀ ਨਹੀਂ ਅਸੀਂ ਜਿਹੜਾ ਤੁਹਾਨੂੰ ਸਪੈਸ਼ਲ ਆਖਿਆ ਸੀ ਅਸੀਂ ਤਾਂ ਇੱਦਾਂ ਹੀ ਆਏ ਹਾਂ ਪੈਰ 'ਤੇ, ਅਤੇ ਤੁਸੀਂ ਜੋ ਹੈਗਾ ਬਣਿਆ ਦੇ ਦਿਓ, ਸਾਨੂੰ ਭੁੱਖ ਬੜੀ ਲੱਗੀ ਅਤੇ ਨਾਲੇ ਜਾਣਾ ਨਹੀਂ। ਚਲ ਠੀਕ ਹੈ, ਕੋਈ ਗੱਲ ਨਹੀਂ, ਤੂੰ ਮੇਰੇ ਜੋਗੀ ਨਾਲ ਲਿਆ, ਮੈਂ ਕਹਿ ਦਾਂਗਾ ਮੈਂ ਖਾ ਲਈ ਆ। ਰੋਟੀ ਖਾਧੀ ਆ, ਜੇ ਮੈਨੂੰ ਪਤਾ ਹੁੰਦਾ ਕਿ ਤੁਸੀਂ ਆਉਣਾ ਸੀ ਮੈਂ ਖਾਣੀ ਨਹੀਂ ਰੋਟੀ, ਆਪਾਂ ਇਕੱਠੇ ਖਾਂਦੇ। ਖਾਓ ਖਾਓ ਤੁਸੀਂ। ਹੋਰ ਤੇਰੀ ਮਾਮੀ ਨੇ ਵਧੀਆ ਰੋਟੀ ਬਣਾਉਣੀ ਸੀ, ਅਜੇ ਤਾਂ ਪੁੱਤ ਰੁੱਖੀ ਮਿਸੀ ਬਣੀ ਸਾਡੇ ਕੋਲ। ਨਹੀਂ ਕਵਲ, ਰੁੱਖੀ ਮਿਸੀ ਨਹੀਂ, ਬਹੁਤ ਮਜ਼ਾ ਆਇਆ, ਸਭ ਤੋਂ ਖਾਸ ਗੱਲ ਰੋਟੀ ਵਿੱਚ ਤੁਹਾਡਾ ਪਿਆਰ ਝਲਕਦਾ ਹੈ।
ਤਲਵੀਰ ਦਾ ਫੋਨ ਆ ਗਿਆ। ਹਾਂ ਤਲਵੀਰ ਆ ਗਿਆ ਵਾ, ਚੱਲ ਯਾਰ ਆਉਣੇ ਅਸੀਂ 20 ਮਿੰਟਾਂ ਤੱਕ ਪਹੁੰਚ ਜਾਂਦੇ ਹਾਂ। ਹਾਂ ਓਕੇ ਓਕੇ ਚੱਲ ਯਾਰ ਚੱਲੀ ਜਾ, ਫੋਨ ਆ ਗਿਆ। ਚੱਲੋ ਕਾਹਦੀ ਇੰਨੀ ਕਾਹਲੀ ਪੈ ਗਈ ਤੁਹਾਨੂੰ? ਨਹੀਂ ਕਬਲੋ ਦੱਸਿਆ ਸੀ ਨਾ ਬੰਦੇ ਜਿਹਨੂੰ ਮਿਲਣ ਆਏ ਉਹ ਆ ਗਿਆ। ਅੱਛਾ ਉਹ ਕਹਿ ਰਿਹਾ ਜਲਦੀ ਆ ਜਾਓ, ਫਿਰ ਬੰਦੇ ਨੂੰ ਕੰਮ ਹੁੰਦਾ ਪੱਠਾ ਰੱਥਾ ਸੌ ਕਰਨਾ। ਚਲੋ ਫਿਰ ਜਾਣਾ ਹੀ ਆ। ਚਲੋ ਚਲੋ ਕੱਢੋ ਮੋਟਰਸਾਈਕਲ, ਮੈਂ ਆਪਣਾ ਪਰਸ ਲਿਆਵਾਂ। ਚੱਲ ਠੀਕ ਹੈ। ਮਾਮਾ ਜੀ ਮੇਰਾ ਅੰਦਰ ਫੋਨ ਚਾਰਜ ਲੱਗਾ, ਮੈਂ ਵੀ ਲੈ ਆਵਾਂ। ਠੀਕ ਠੀਕ ਹੈ ਲੈ ਆ। ਓਹੋ ਐਨ ਘਰ ਰਹਿ ਗਈਆਂ ਉੱਥੇ ਜੀ। ਚਲੋ ਆ ਵੀ ਵਧੀਆ ਹੋਇਆ, ਜਿਹੜਾ ਆਪਾਂ ਹਲੇ ਰੋਟੀ ਨਹੀਂ ਖਾਧੀ, ਜੇ ਆਪਾਂ ਖਾ ਲੈਂਦੇ ਤੇ ਪਰੌਣਿਆਂ ਦਾ ਔਖਾ ਹੋ ਜਾਣਾ ਸੀ, ਸਰਨਾ ਨਹੀਂ। ਚਲੋ ਚੰਗਾ ਹੀ ਹੋਇਆ, ਰੱਬ ਜੋ ਕਰਦਾ ਰੱਬ ਜੋ ਕਰਦਾ ਵਧੀਆ ਹੀ ਕਰਦਾ। ਅੱਛਾ ਦੱਸੋ ਫਿਰ ਹੁਣ ਬਣਾਵਾਂ ਰੋਟੀ? ਉਹ ਨਹੀਂ ਰਹਿਣ ਦੇ ਯਾਰ, ਗਰਮੀ ਬੜੀ ਆ, ਸ਼ਾਮਾਂ ਪੈ ਗਈਆਂ ਨੇ, ਹੁਣ ਰਾਤ ਨੂੰ ਬਣਾਈ ਰੋਟੀ, ਇਕੱਠੀ ਖਾਵਾਂਗੇ ਹੁਣ ਰਾਤ ਨੂੰ ਹੀ। ਬਾਕੀ ਜ਼ਿਆਦਾ ਨਾ ਤਿਉਂ ਕਰ, ਪਾਣੀ ਬਣਾ ਦੇ ਮਿੱਠਾ। ਠੀਕ ਆ। ਗੱਲਾਂ ਕਰਦੇ ਕਰਦੇ ਛੱਡ ਗਏ ਇੱਥੇ। ਚਲੋ ਕੋਈ ਗੱਲ ਨਹੀਂ, ਉਧਰ ਕਬਲ ਦੇ ਘਰ ਮੈਂ ਉਹ ਲੈ ਕੇ ਆਇਆ, ਤੇ ਨਾਲੇ ਮੁੰਡਾ ਸੰਦੀਪ ਪੁੱਛਣ ਡੀ ਸੀ ਕਬਲ ਨੂੰ ਵੀ ਰੋਟੀ ਪਕਾਵਾਂ, ਤੇ ਕਹਿੰਦਾ ਰਹਿਣ ਦੇ ਹੁਣ ਪਾਣੀ ਬਣਾ ਲਾ ਰਾਤ ਨੂੰ ਖਾ ਲਾਂਗੇ। ਯਾਰ ਮੈਨੂੰ ਬੜਾ ਹੋਰ ਤਰ੍ਹਾਂ ਹੋਇਆ, ਬੜਾ ਤਰਸ ਜਿਹਾ ਆਇਆ ਯਾਰ ਮੈਨੂੰ, ਤੇ ਉਸ ਦਿਨ ਦਾ ਬੜਾ ਪਛਤਾਵਾ ਹੋਣ ਡਿਆ। ਮੈਂ ਉਸ ਦਿਨ ਬਹੁਤ ਮਾੜਾ ਚੰਗਾ ਬੋਲਿਆ ਉਹਨੂੰ, ਉਹ ਤੱਪੜ ਪਾ ਤਾ ਸੀ ਗੱਡੀ ਤੇ। ਇਹ ਤੇ ਬਹੁਤ ਵਧੀਆ ਗੱਲ ਆ, ਜੇ ਤੁਹਾਨੂੰ ਆਪਣੀ ਗਲਤੀ ਦਾ ਇੰਨਾ ਹੀ ਪਛਤਾਵਾ ਹੋਣ ਡਿਆ ਨਾ, ਤੇ ਚਲੋ ਆਪਾਂ ਕਬਲ ਕੋਲ ਜਾਂਦੇ ਹਾਂ, ਉਹਦੇ ਕੋਲ ਆਪਣੀ ਗਲਤੀ ਮੰਨ ਲੈਣਾ, ਤੁਸੀਂ ਕੋਈ ਛੋਟੇ ਨਹੀਂ ਹੋ ਜਾਣਾ, ਪਰ ਇਹਦੇ ਵਿੱਚ ਉਹਨੇ ਬਹੁਤ ਵੱਡਾ ਹੋ ਜਾਣਾ, ਨਾਲੇ ਤੁਹਾਡੇ ਵੀ ਮਨ ਦਾ ਬੋਝ ਹਲਕਾ ਹੋ ਜੂਗਾ। ਚਲੋ ਆ ਜਾਓ। ਚਲੋ ਹਾਂ ਕਬਲ, ਫਿਰ ਤਾਂ ਗਏ ਆ ਫਿਰ ਪਿਓ ਧੀ? ਹਾਂਜੀ ਹਾਂਜੀ। ਨਹੀਂ ਨਹੀਂ ਭਾਈ, ਤੇਰੇ ਨਾਲ ਨਾ ਕੋਈ ਜ਼ਰੂਰੀ ਗੱਲ ਕਰਨੀ ਹੈ। ਹਾਂਜੀ ਦੱਸੋ ਭਾਜੀ, ਕੀ ਗਲਤੀ ਹੋ ਗਈ ਨਾ ਮੇਰੇ ਕੋਲ? ਨਹੀਂ ਯਾਰ ਗਲਤੀ ਤੇਰੇ ਕੋਲ ਹੋਈ ਆ, ਗਲਤੀ ਮੇਰੇ ਕੋਲ ਹੋਈ ਸੀ ਉਸ ਦਿਨ, ਤੇ ਮੈਂ ਉਸ ਗਲਤੀ ਦੀ ਅੱਜ ਮਾਫੀ ਮੰਗਣਾ ਆ। ਕਿਹੜੀ ਗਲਤੀ? ਉਸ ਦਿਨ ਯਾਰ ਜਿੱਦਣ ਗੱਡੀ 'ਤੇ ਤੱਪੜ ਪਾਇਆ ਸੀ ਤੂੰ, ਤੇ ਮੈਂ ਤੈਨੂੰ ਬੁਰਾ ਭਲਾ ਬੋਲਿਆ ਸੀ, ਮੈਨੂੰ ਬਾਅਦ 'ਚ ਵੀ ਅਹਿਸਾਸ ਬੜਾ ਹੋਇਆ, ਅੱਜ ਹੋਰ ਜ਼ਿਆਦਾ ਅਹਿਸਾਸ ਹੋਇਆ ਕਿ ਮੈਂ ਉਸ ਦਿਨ ਬਹੁਤ ਗਲਤ ਸੀ। ਲੈ ਭਾਜੀ ਮੈਂ ਤਾਂ ਉੱਦਾਂ ਦੀ ਉਹ ਗੱਲ ਨੂੰ ਨਹੀਂ ਤਾਂ ਭੁੱਲ ਗਏ ਹਾਂ, ਤੁਸੀਂ ਕਿਹੜੀ ਗੱਲ ਲੈ ਕੇ ਬੈਠੇ? ਮੈਨੂੰ ਤਾਂ ਬੜਾ ਵਧੀਆ ਲੱਗਾ ਸਗੋਂ ਤੁਸੀਂ ਆਪਣੀ ਗੱਲ ਨੂੰ ਮੰਨਿਆ। ਚਲੋ ਮੇਰੀ ਵੀ ਗਲਤੀ ਸੀ ਉਦੋਂ, ਮੈਨੂੰ ਤੁਹਾਨੂੰ ਪੁੱਛਣਾ ਚਾਹੀਦਾ ਸੀ ਆਹ ਕੰਮ ਕਰਨ ਲੱਗਿਆ, ਤੇ ਪਰ ਤੁਸੀਂ ਆਹ ਮੰਨੀ ਆ ਗੱਲ, ਮੈਨੂੰ ਬੜਾ ਵਧੀਆ ਲੱਗਾ। ਨਹੀਂ ਬੰਦੇ ਨੂੰ ਬਾਅਦ 'ਚ ਪਤਾ ਲੱਗਦਾ ਆਪਣੀ ਗਲਤੀਆਂ ਦਾ ਅਹਿਸਾਸ, ਉਹ ਅੱਜ ਮੈਨੂੰ ਅਹਿਸਾਸ ਹੋ ਗਿਆ ਕਿ ਮੈਂ ਉਸ ਦਿਨ ਬਹੁਤ ਗਲਤ ਸੀ, ਪਰ ਮਾਫ਼ ਕਰਨਾ ਮੈਨੂੰ। ਨਹੀਂ ਨਹੀਂ ਭਾਜੀ ਠੀਕ ਆ, ਮੇਰੇ ਕੋਲ ਮਾਫ਼ੀ ਮੰਗਦੇ ਜੋ, ਤੁਸੀਂ ਸਾਡੇ ਵੱਡੇ ਜੇ। ਚਲੋ ਕੋਈ ਗੱਲ, ਤੁਹਾਡਾ ਮਾਫ਼ੀ ਮੰਗਣ ਦਾ ਹੱਕ ਨਹੀਂ ਬਣਦਾ, ਬਸ ਤੁਸੀਂ ਇੰਨਾ ਕਹਿਤਾ ਇੰਨਾ ਹੀ ਬਹੁਤ ਆ। ਨਹੀਂ ਨਹੀਂ ਭਾਜੀ ਬਸ ਮੈਨੂੰ ਤਾਂ ਇੰਨਾ ਹੀ ਬਹੁਤ ਵਧੀਆ ਲੱਗਾ। ਲੈ ਭਾਜੀ ਤੁਸੀਂ ਮਾਫ਼ੀ ਕਾਹਤੋਂ ਮੰਗਦੇ ਆ, ਤੁਸੀਂ ਚੰਗੇ ਥੋੜੀ ਲੱਗਦੇ ਆ, ਸਾਡੇ ਤੋਂ ਮਾਫ਼ੀ ਮੰਗਦੇ, ਤੁਸੀਂ ਵੱਡੇ ਜੇ। ਨਾ ਸੰਦੀਪ ਕੋਈ ਵੱਡਿਆਂ ਵਾਲੀ ਗੱਲ ਨਹੀਂ, ਜਿੱਥੇ ਮਾਫ਼ੀ ਮੰਗਣ ਵਾਲੀ ਗੱਲ ਗਲਤੀ ਹੋਵੇ ਨਾ, ਉੱਥੇ ਵੱਡਾ ਛੋਟਾ ਨਹੀਂ ਦੇਖਿਆ ਜਾਂਦਾ, ਰਿਸ਼ਤੇ ਬਚਾਉਣੇ ਆਉਣ ਤੇ ਅਹਿਸਾਸ ਕਰਨਾ ਜ਼ਰੂਰੀ ਆ ਦੇ ਨਾਲ। ਚਲੋ ਕੋਈ ਗੱਲ ਨਹੀਂ ਆ, ਵਾਧੇ ਘਾਟੇ ਹੋ ਹੀ ਜਾਂਦੇ ਆ, ਦਿਲਾਂ 'ਚ ਪਿਆਰ ਹੋਣਾ ਚਾਹੀਦਾ ਵਾ। ਸਾਨੂੰ ਤੇ ਇਹੋ ਬਹੁਤ ਵਧੀਆ ਲੱਗਾ ਤੁਸੀਂ ਸਾਡੇ ਕੋਲ ਆਏ। ਚੰਗਾ ਫਿਰ ਚੱਲੀਏ। ਲੈ ਹੁਣ ਦੱਸ ਇੱਥੇ ਚੱਲ ਜਾਣਾ, ਕੁੜੀ ਨੂੰ ਰੁਪਈਆ 500 ਦਾ ਕੱਢ ਕੇ। ਉਹ ਨਹੀਂ ਨਹੀਂ ਉਹ ਚੱਲ ਕੋਈ, ਮੈਂ ਭੁੱਲ ਗਿਆ ਯਾਰ, ਕੋਈ ਗੱਲ ਨਹੀਂ। ਨਹੀਂ ਭਾਜੀ ਨਹੀਂ ਨਹੀਂ ਨਹੀਂ।
तू कद तो रुस गई तेन तो हम पैसे मिले है संदीप मैं बड़ा खुश हां यार भाजी नूं अपनी गलती दा एहसास होया किड्डा सोहना उन्होंने आके आख्या भी मेरे को उदन गलती हो गई चलो वधिया वाके जिहड़ा बंदा अपनी गलती मान ले होर की चाहीदा उन्होंने इस चीज का पता लग गया तो अं उदन गलत बोल के गए हाँ नाले सानू भी हुण दुगनी खुशी हुई है बिलकुल चल गए फिर मैं एसी वाले कमरे च ना राम राम इधर आ गई मैं दूजी साइड वेखे नहीं आ फिर मैं परौने दे के गए होने पैसे है ना विक्की ने सच ही कहा वा पी तेरे को बहाने बहुत ज्यादा कदी तू तेन कम पै जाता ते कदी तू बीमार हो जानी है रोटी खवाने की मारी हुण परौना लड़ूगा ना कुड़ी दे नाल पी रोटी नहीं खवाली जिदन आउणगे ना तेरे उदन मैं वेखूंगी भला तेन किन्नी क नींद आउंदी आ ते किद्दां मैं उन्हां नूं भुखियां खिलाउणी आ जा हुण अखां भर भर के वेखी जानी है मेरे वल तेरे नाल एक गल करनी आ करना ते तू गुस्सा करेगी तो बेशक दी कर मेनू तेरे गुस्से का कोई फर्क नहीं जे आई मेरी ननान ता भी रोटी उधरों खा के गई ते जे आई तेरी ननान ते ता भी रोटी उधरों खा के गई अजे ओनू मैं पले नहीं बांधी ते ओ चंगी नहीं गी पर तेरे नाल ओ 100 गुना चंगी आ आहो मम्मी मैं ही माड़ी आ मेरे वालों तू जो मर्जी समझ कम से कम तेरे वांग बहाने ते नहीं बनाउंदी भावे ओ गरीब आ दिल उन्हां दा साफ आ मैं तो हम सोच लिया है मैं तो उधर भी जाया करना मैं बड़ा चिर उन्होंने पिछे पा लिया है तू कर नींद पूरी अपनी मैं चलनी है उधर किड़ी हड्डी बुढ़ड़ी ने पासा बदलिया वा सच दे पुतले बन लगे आ ओह जे ओ उन्होंने कुड़ी नूं कितना 500 रुपया दे के गए इधर तो कितने धेला भी नहीं कढ़ दे मैनूं भी कोई फर्क नहीं पैंदा नहीं होना ना आऊं